ਰਾਮ ਸਰੂਪ ਅਣਖੀ ਦੀ ਕਹਾਣੀ ਮਨ ਹੋਰ ਮੁਖ ਹੋਰ ਇੱਕ ਅਮੀਰ ਆਦਮੀ ਨੇ ਕਿਸੇ ਸਮੇਂ ਮੇਰੇ ਤੇ ਇੱਕ ਵੱਡਾ ਇਹਸਾਨ ਕੀਤਾ ਸੀ ਮੈਂ ਉਹਦਾ ਇਹਸਾਨ ਮੰਨਦਾ ਵੀ ਸੀ ਉਸ ਇਹਸਾਨ ਥੱਲੇ ਮੈਂ ਉਹਨੂੰ ਕਿਸੇ ਕੰਮ ਤੋਂ ਜਵਾਬ ਨਹੀਂ ਸੀ ਦਿੱਤਾ ਕੰਮ ਛੋਟਾ ਹੁੰਦਾ ਭਾਵੇਂ ਵੱਡਾ ਹੁੰਦਾ ਮੈਂ ਉਹਦੇ ਕੰਮ ਨੂੰ ਵਗਾਰ ਕਦੇ ਨਹੀਂ ਸੀ ਸਮਝਿਆ ਉਹਦੇ ਕੰਮ ਨੂੰ ਮੈਂ ਆਪਣਾ ਕੰਮ ਸਮਝ ਕੇ ਕਰਦਾ ਉਸ ਦਿਨ ਉਹ ਅਮੀਰ ਆਦਮੀ ਨੇ ਦੁਪਹਿਰ ਵੇਲੇ ਮੈਨੂੰ ਆਪਣੇ ਘਰ ਸੱਦਿਆ ਇੱਕ ਛਿੱਕੂ ਮੇਰੇ ਹੱਥ ਦਿੱਤਾ ਛਿੱਕੂ ਸੰਕਰਿਆਂ ਦਾ ਭਰਿਆ ਹੋਇਆ ਸੀ ਉਹਨੇ ਮੈਨੂੰ ਗੰਭੀਰ ਹੋ ਕੇ ਦੱਸਿਆ ਕਿ ਛਿੱਕੂ ਜੇਠਾ ਤੇ ਸੰਗਤਰੇ ਤਾਂ ਐਵੇਂ ਦਿਖਾਵਾ ਹਨ ਪਰ ਸੰਕਰਿਆਂ ਦੀ ਲਪੇਟ 'ਚ ਇੱਕ ਖਾਸ ਚੀਜ਼ ਹੈ ਜਿਹੜੀ ਸਾਂਭ ਕੇ ਅੰਬਾਲੇ ਇੱਕ ਵੱਡੇ ਅਫਸਰ ਨੂੰ ਦੇ ਕੇ ਆਉਣੀ ਹੈ ਉਹਨੇ ਖੁੱਲਾ ਖਰਚ ਮੇਰੀ ਜੇਬ 'ਚ ਪਾ ਦਿੱਤਾ ਤੇ ਕਿਹਾ ਮੈਂ ਆਥਣ ਦੀ ਗੱਡੀ ਚੱਲਿਆ ਜਾਵਾਂ ਤੇ ਤੜਕੇ ਦੀ ਗੱਡੀ ਉਧਰੋਂ ਵਾਪਸ ਆ ਜਾਵਾਂ ਆਥਣ ਦੀ ਗੱਡੀ ਜਦੋਂ ਜਾਵਾਂ ਪਹਿਲੇ ਦਰਜੇ ਦੇ ਡੱਬੇ 'ਚ ਸਫ਼ਰ ਕਰਾਂ ਇਹ ਗੱਲ ਵੀ ਉਹਨੇ ਖਾਸ ਤੌਰ ਤੇ ਆਖੀ ਸੀ। ਸੰਤਰਿਆਂ ਦਾ ਛਿੱਕੂ ਲੈ ਕੇ ਗੱਡੀ ਆਉਣ ਤੋਂ ਅੱਧਾ ਘੰਟਾ ਪਹਿਲਾਂ ਹੀ ਮੈਂ ਸਟੇਸ਼ਨ ਤੇ ਆ ਬੈਠਾ। ਕੁਛੇਰ ਬਾਅਦ ਪਹਿਲੇ ਦਰਜੇ ਦੀ ਟਿਕਟ ਖਰੀਦੀ ਤੇ ਫਿਰ ਬੈਂਚ ਤੇ ਬੈਠਾ। ਜਿਸ ਬੈਂਚ ਤੇ ਮੈਂ ਬੈਠਾ ਸੀ ਮੇਰੇ ਨਾਲ ਇੱਕ ਬੰਦਾ ਹੋਰ ਵੀ ਬੈਠਾ ਸੀ। ਗਲ ਤੇੜ ਮੈਲੇ ਲੱਠੇ ਦਾ ਚਿੱਟਾ ਨਿੱਖਰਵਾ ਕੁਰਤਾ ਪਜਾਮਾ ਸਿਰ ਤੇ ਖੱਟੀ ਤੈਹ ਕਰਕੇ ਬੰਨੀ ਪੱਗ ਕਰਨ ਵਰੜੀ ਦਾੜੀ ਸ਼ਰੀਫ ਚਿਹਰਾ ਤੇ ਅੱਖਾਂ 'ਚ ਪਰਮਾਨਸੀ ਦੀ ਝਲਕ ਖੰਡੂਰਾਂ ਜੀਆਂ ਮਾਰ ਕੇ ਹੌਲੀ-ਹੌਲੀ ਗੱਲ ਕਰਦਾ ਸੀ ਮੈਨੂੰ ਉਹਨੇ ਪੁੱਛਿਆ ਸਰਦਾਰ ਜੀ ਕਿੱਥੇ ਦੀ ਤਿਆਰੀ ਹੈ ਮੈਂ ਬੇਧਿਆਨਾ ਜਾਂ ਹੋ ਕੇ ਉੱਤਰ ਦਿੱਤਾ ਅੰਬਾਲਾ ਤੇ ਸੁਭਾਈ ਕੀ ਉਹਨੂੰ ਮੈਂ ਪੁੱਛਿਆ ਤੂੰ ਭਾਈ ਸਾਹਿਬ ਕਿੱਥੇ ਜਾਣਾ ਉਹ ਕਹਿੰਦਾ ਧੂਰੀ ਤਾਂ ਹੀ ਜਾਣਾ ਵਿਪਤਕਾਲ ਨੂੰ ਫੜੇ ਹੋਏ ਆ ਸਰਦਾਰ ਸੀ ਮਹਿੰਗਾਈ ਦਾ ਜ਼ਮਾਨਾ ਹੈ ਧੂਰੀ ਫੇਰ ਕੀ ਲੈਣ ਚੱਲਿਆ ਮੈਂ ਗਾਂਹ ਗੱਲ ਤੋੜ ਲਈ ਉਹ ਕਹਿੰਦਾ ਉੱਥੇ ਇੱਕ ਹੋਟਲ ਤੇ ਮੇਰਾ ਮੁੰਡਾ ਕੰਮ ਕਰਦਾ ਹੈ ਹੋਟਲ ਦੇ ਮਾਲਕ ਤੋਂ ਕੁਝ ਕੁਝ ਪੈਸੇ ਫੜਨ ਚੱਲੇ ਆ। ਜੇ ਰਾਬ ਉਹਦੇ ਮਨ ਮੇਰ ਪਾਉ। ਇਸ ਤਰ੍ਹਾਂ ਨਾਲ ਅਸੀਂ ਗੱਲਾਂ ਕਰਦੇ ਰਹੇ। ਉਹ ਕੋਈ ਗੱਲ ਛੇੜ ਲੈਂਦਾ ਤੇ ਮੈਂ ਹੁੰਘਾਰਾ ਭਰਦਾ ਰਹਿੰਦਾ। ਮੈਂ ਕੋਈ ਗੱਲ ਉਹਨੂੰ ਪੁੱਛਦਾ ਤੇ ਉਹ ਜਵਾਬ ਦਿੰਦਾ ਰਹਿੰਦਾ। ਗੱਲ-ਗੱਲ 'ਚ ਉਸ ਆਪਣੀ ਗਰੀਬੀ ਦੀ ਗੱਲ ਕਰਦਾ। ਖਾਣ-ਪੀਣ ਦੇ ਕੱਪੜੇ ਲੀੜੇ ਦੀਆਂ ਗੱਲਾਂ ਤੋੜ ਕੇ ਉਹਨਾਂ ਦੇ ਮਹਿੰਗੇ ਭਾਅ ਦੀ ਗੱਲ ਤੋੜਦਾ। ਆਪਣੇ ਵੱਡੇ ਪਰਿਵਾਰ ਦੇ ਰੋਣੇ ਰੋਈ ਮੈਨੂੰ ਮਹਿਸੂਸ ਹੋਇਆ ਕਿ ਉਹ ਵਿਚਾਰਾ ਸੱਚੀ ਦੁਖੀ ਹੈ। ਸਮਾਜ ਦੀ ਕਾਣੀ ਵਾਂਢ ਚ ਹਰ ਸਧਾਰਨ ਮਨੁੱਖ ਦੁਖੀ ਹੈ ਪਲੇਟਫਾਰਮ ਤੇ ਪਲੋਪਲੀ ਭੀੜ ਵੱਧ ਰਹੀ ਸੀ ਅੱਧੇ ਚੜਨ ਵਾਲੇ ਅੱਧੇ ਚੜਾਉਣ ਵਾਲੇ ਤੇ ਉਤਰਨ ਵਾਲਿਆਂ ਨੂੰ ਘਰ ਲੈ ਚਾਉਣ ਵਾਲੇ ਗੱਡੀ ਦਾ ਖੜਾਕ ਸੁਣਿਆ ਤਾਂ ਸਾਰੇ ਪਲੇਟਫਾਰਮ ਤੇ ਦਗੜ ਦਗੜ ਸ਼ੁਰੂ ਹੋ ਗਈ ਬੈਂਚ ਤੇ ਪੈ ਚੀਕੂ ਨੂੰ ਜਦ ਮੈਂ ਹੱਥ ਪਾਇਆ ਚੀਕੂ ਮੇਰੇ ਹੱਥ ਜੋ ਮੇਰੇ ਕੋਲ ਬੈਠੇ ਉਸ ਖੱਟੀ ਪੱਗ ਵਾਲੇ ਬੰਦੇ ਨੇ ਫੜ ਲਿਆ ਮੈਨੂੰ ਕਹਦਾ ਲਿਆਓ ਸਰਦਾਰ ਜੀ ਮੈਂ ਚੜਾ ਦਿਆ ਮੈਂ ਜ਼ੋਰ ਲਾਇਆ ਨਹੀਂ ਵੀ ਨਹੀਂ ਮੈਂ ਆਪੇ ਚੜਾ ਲਵਾਂ ਪਰ ਉਹ ਖਿਹੜੇ ਪੈ ਗਿਆ ਤੇ ਜਿਸ ਪਹਿਲੇ ਦਰਜੇ ਦੇ ਡੱਬੇ 'ਚ ਮੈਂ ਚੜਿਆ ਉਸ ਬੰਦੇ ਨੇ ਮੇਰਾ ਛਿੱਕ ਉਸ ਡੱਬੇ ਦੀ ਇੱਕ ਸੀਟ ਤੇ ਲਿਆ ਕੇ ਰੱਖ ਦਿੱਤਾ ਡੱਬੇ 'ਚ ਇੱਕ ਆਦਮੀ ਸਿਰਫ ਫੋਰਸੀ ਉਤਲੀ ਸੀਟ ਤੇ ਪਿਆ ਹੋਇਆ ਸਹਰਾਣੇ ਆਪਣਾ ਅਟੈਚੀ ਕੇਸ ਦਾ ਸਹਰਾਣਾ ਬਣਾਇਆ ਹੋਇਆ ਸੀ ਖੱਟੀ ਪੱਗ ਵਾਲਾ ਉਹ ਬੰਦਾ ਗੱਡੀ ਨੇ ਜਦ ਕੂਕ ਮਾਰੀ ਮੈਨੂੰ ਸਸੀ ਕਾ ਲਾ ਕੇ ਮੇਰੇ ਡੱਬੇ 'ਚੋਂ ਥੱਲੇ ਉਤਰਨ ਲੱਗਿਆ ਆਪਣੀ ਜੇਬ ਚੋਂ 1 ਰੁਪਇਆ ਕੱਢ ਕੇ ਉਹਨੂੰ ਪੇਸ਼ ਕੀਤਾ ਉਹਨੇ ਸਿਰ ਮਾਰ ਦਿੱਤਾ ਤੇ ਹੱਥ ਬੰਨ੍ਹ ਕੇ ਮੈਨੂੰ ਕਹਿੰਦਾ ਇਹ ਖੇਚਲ ਨਾ ਕਰੋ ਸਰਦਾਰ ਸਾਹਿਬ ਮੱਲੋ ਮੱਲੀ ਰੁਪਇਆ ਮੈਂ ਉਹਦੀ ਜੇਬ ਚ ਪਾ ਦਿੱਤਾ ਤੇ ਉਹ ਮੇਰੇ ਵਾਲੇ ਡੱਬੇ 'ਚ ਉਤਰ ਕੇ ਨਾਲ ਦੇ ਤੀਜੇ ਦਰਜੇ ਦੇ ਡੱਬੇ 'ਚ ਜਾ ਵੜਿਆ ਉਸ ਬੰਦੇ ਦੇ ਰੁਪਇਆ ਨਾ ਲੈਣ ਤੇ ਮੇਰੇ ਵੱਲੋਂ ਰੁਪਇਆ ਦੇਣ ਤੇ ਜ਼ੋਰ ਪਾਉਣ ਤੇ ਅਸੀਂ ਦੋਵੇਂ ਉੱਚੀ ਉੱਚੀ ਬੋਲਣ ਲੱਗ ਪਏ ਸੀ ਤੇ ਸਾਡੀਆਂ ਕੜਕਦਿਆਂ ਤਿੱਖੀਆਂ ਆਵਾਜ਼ਾਂ ਨੂੰ ਸੁਣ ਕੇ ਉਤਲੀ ਸੀਟ ਤੇ ਪਏ ਦੂਜੇ ਮੁਸਾਫਰ ਨੂੰ ਜਾਗ ਆ ਗਈ ਸੀ ਉਹ ਉੱਠ ਕੇ ਬੈਠ ਗਿਆ ਗੱਡੀ ਜਦ ਚੱਲ ਪਈ ਉਹ ਮੈਨੂੰ ਕਹਿੰਦਾ ਸੋਨੇ ਕਾ ਸਮਾਂ ਸਰਦਾਰ ਜੀ ਥੋੜਾ ਧੀਰੇ ਤੋਂ ਬੋਲਣਾ ਚਾਹੀਏ ਥਾ ਮੈਂ ਉਸ ਰਾਏ ਸਾਹਿਬ ਤੋਂ ਮਾਫੀ ਮੰਗੀ ਤੇ ਦਿਲ ਚੋਂ ਇੱਕ ਕਰਾਰੀ ਜੀ ਗਾਲ ਕੱਢ ਕੇ ਆਪਦੀ ਸੀਟ ਤੇ ਲਟ ਗਿਆ ਸੇਖਾ ਸਟੇਸ਼ਨ ਆਇਆ ਮੈਂ ਬੈਠਾ ਹੋ ਗਿਆ ਸਵਾਰੀਆਂ ਉੱਤਰੀਆਂ ਬਹੁਤੀਆਂ ਚੜੀਆਂ ਘਟ ਪਤਲੀ ਸੀਟ ਤੇ ਪਿਆ ਮੇਰੇ ਨਾਲ ਦਾ ਮੁਸਾਫਰ ਹੂਕ ਸੁੱਤਾ ਪਿਆ ਸੀ ਪਤਾ ਨਹੀਂ ਗੱਡੀ ਕਿ ਦੂਰ ਤੋਂ ਆ ਰਿਹਾ ਹੋਵੇਗਾ ਸਟੇਸ਼ਨ ਤੇ ਗੱਡੀ ਜਾ ਦਾ ਕੇ ਰੁਕੀ ਮੈਂ ਕੀ ਦੇਖਿਆ ਵੀ ਉਹਦੇ ਸਹਰਾਣੇ ਪਏ ਟੈਚੀ ਨਾਲੋਂ ਉਹਦਾ ਸਿਰ ਕੁਝ ਵਿੱਥ ਤੇ ਹੋ ਗਿਆ ਸੀ ਜਾਂ ਸ਼ਾਇਦ ਟੈਚੀ ਪਿੱਛੇ ਨੂੰ ਖਿਸਕ ਗਿਆ ਸੀ ਗੱਡੀ ਰੁਕਣ ਤੇ ਉਹਨੇ ਆਪਣੀਆਂ ਬਾਹਾਂ ਪਿੱਛੇ ਨੂੰ ਖਿਸਕਾ ਲਈਆਂ ਗੱਡੀ ਰੁਕਣ ਤੇ ਦੇਖਿਆ ਵੀ ਆਪਣੇ ਸਿਰ ਥੱਲੇ ਕਰ ਲਿਆ ਸੀ ਟੈਚੀ ਹਰ ਮੁਸਾਫਰ ਆਪਣੇ ਸਮਾਨ ਦੀ ਤਸੱਲੀ ਕਰਦਾ ਤੇ ਉਹਨੇ ਵੀ ਕੀਤੀ ਸੀ ਗੱਡੀ ਚੱਲ ਪਈ ਮੈਂ ਦਿਨ ਦੀ ਭੱਜ ਦੌੜ ਚ ਕੁਝ ਥੱਕਿਆ ਸੀ ਇਸ ਕਰਕੇ ਮੈਨੂੰ ਨੀਂਦ ਆ ਗਈ। ਗੱਡੀ ਦੀ ਖਲੋਰੀ ਵੱਜ-ਵੱਜ ਨੀਂਦ ਦਾ ਸਵਾਦ ਕੁਝ ਵੱਧ ਗਿਆ ਸੀ। ਨੀਂਦ ਗੂੜੀ ਹੋ ਗਈ ਸੀ ਇਸ ਕਰਕੇ ਮੈਨੂੰ ਕੁਝ ਪਤਾ ਹੀ ਨਹੀਂ ਸੀ ਲੱਗਿਆ ਕਿ ਅਲਾਲ ਦਾ ਸਟੇਸ਼ਨ ਕਦੋਂ ਲੰਘ ਗਿਆ ਤੇ ਮੈਨੂੰ ਇਹੋ ਮਹਿਸੂਸ ਹੋਇਆ ਜਿਵੇਂ ਰਾਜੋ ਮਾਜਰੇ ਤਾਂ ਗੱਡੀ ਰੁਕੀ ਨਹੀਂ ਹੁੰਦੀ। ਧੂਰੀ ਆਈ ਤਾਂ ਲੋਕਾਂ ਦੀ ਕਾਵਾਂ ਰੌਲੀ 'ਚ ਮੈਨੂੰ ਜਾਗ ਆ ਗਈ। ਉਤਲੀ ਸੀਟ ਤੇ ਪਏ ਰਾਜ ਸਾਹਿਬ ਵੱਲ ਮੈਂ ਘੂਰੀ ਵਟ ਕੇ ਦੇਖਿਆ। ਉਹ ਆਪਣੇ ਦੋਵਾਂ ਹੱਥਾਂ ਨਾਲ ਸਿਰ ਤੇ ਬਾਹਾਂ ਕੱਢ ਕੇ ਆਪਣੇ ਅਟਾਚੀ ਨੂੰ ਸਵਾਰ ਕੇ ਗਿਚੀ ਥੱਲੇ ਟਕਿਆ ਆ ਰਿਹਾ ਸੀ ਤੂੰ ਰੇਸਟੇਸ਼ਨ ਤੇ ਵੀ ਸਾਡੇ ਵਾਲੇ ਡੱਬੇ ਚ ਹੋਰ ਕੋਈ ਸਵਾਰੀ ਨਾ ਚੜੀ ਗੱਡੀ ਚੱਲ ਪਈ ਉਸ ਰਾਏ ਸਾਹਿਬ ਨਾਲ ਮੈਂ ਅਜੇ ਤੱਕ ਕੋਈ ਗੱਲ ਨਹੀਂ ਸੀ ਤੋਰੀ ਤੋੜਨਾ ਵੀ ਨਹੀਂ ਸੀ ਚਾਹੁੰਦਾ ਉਸ ਪ੍ਰਤੀ ਮੇਰੇ ਮਨ ਚ ਮਿੰਨੀ ਮਿੰਨੀ ਨਫ਼ਰਤ ਜਾਗ ਪਈ ਸੀ ਮੇਰਾ ਮਨ ਕੌੜਾ ਸੀ ਵੀ ਉਹ ਆਪਣੇ ਆਪ ਨੂੰ ਬਹੁਤਾ ਬਹੁਤ ਵੱਡਾ ਅਮੀਰ ਜਾਦਾ ਸਮਝਦਾ ਜਿਹਨੂੰ ਲੋਕਾਂ ਦਾ ਉੱਚੀ ਬੋਲਣਾ ਵੀ ਨਹੀਂ ਸੁਖਾਉਂਦਾ ਉਵਾਰੀ ਵਾਰੀ ਜਦ ਆਪਣੇ ਟੈਚੀ ਨੂੰ ਟੋਟੋ ਦੇਖਦਾ ਸੀ ਤਾਂ ਮੇਰੇ ਮਨ 'ਚ ਖਿਆਲ ਆਉਂਦਾ ਕਿ ਉਹਦੇ ਟੈਚੀ 'ਚ ਵੀ ਮੇਰੇ ਛਿੱਕੂ ਬਿਜਲੀ ਖਾਸ ਚੀਜ਼ ਵਾਂਗ ਕੋਈ ਖਾਸ ਚੀਜ਼ ਹੀ ਹੋਵੇਗੀ ਐਨੀ ਵਾਰੀ ਇਹ ਟੈਚੀ ਨੂੰ ਹੱਥ ਲਾ ਕੇ ਕਿਉਂ ਦੇਖਦਾ ਤੇ ਜੇ ਟੈਚੀ ਸਹਰਾਣੇ ਟਿਕਦਾ ਨਹੀਂ ਤਾਂ ਉਹਨੂੰ ਰੱਖ ਦੇਵੇ ਤੇ ਸਿਰ ਥੱਲੇ ਕੂਣੀ ਧਰ ਕੇ ਸੌਂ ਜਾਏ ਜ਼ਰੂਰ ਟੈਚੀ 'ਚ ਕੋਈ ਖਾਸ ਚੀਜ਼ ਹੈ ਉਹਦੇ ਟੈਚੀ ਵਿੱਚਲੀ ਕਿਸੇ ਚੀਜ਼ ਦਾ ਧਿਆਨ ਕਰਕੇ ਮੈਨੂੰ ਆਪਣੇ ਛਿੱਕੂ ਬਿਜਲੀ ਖਾਸ ਚੀਜ਼ ਦਾ ਬਹੁਤ ਹੀ ਖਿਆਲ ਪੈਦਾ ਹੋ ਗਿਆ ਕਿਤੇ ਕੋਈ ਸੰਤਰੀ ਸਮਝ ਕੇ ਨਾ ਚਿੱਕੂ ਨੂੰ ਬਾਹਰ ਚ ਡੰਗ ਲਵੇ ਕਿਸੇ ਨੂੰ ਕੀ ਪਤਾ ਵੀ ਸੰਤਰੇ ਨਾਲੋਂ ਵੱਧ ਕੋਈ ਖਾਸ ਚੀਜ਼ ਵੀ ਉਸ 'ਚ ਹੈ ਮੈਂ ਚਿੱਕੂ ਵੀ ਦੇ ਵੰਗਣੇ 'ਚ ਆਪਣੀ ਇੱਕ ਟੰਗ ਕੱਢ ਕੇ ਪੈਰ ਦੂਜੇ ਪੈਰ 'ਚ ਅਡਾਲਿਆ ਤੇ ਵੱਖੀ ਪਰਨੇ ਪੈ ਗਿਆ ਪਏ ਪਏ ਦੇ ਮੇਰੇ ਮਨ 'ਚੋਂ ਖੱਟੀ ਪੱਗ ਦੇ ਬੰਦੇ ਦਾ ਚਿਹਰਾ ਘੁੰਮਣ ਲੱਗ ਪਿਆ ਵਿਚਾਰਾ ਧੂਰੀ ਉਤਰ ਗਿਆ ਹੋਵੇਗਾ ਹੋਟਲ ਵਾਲੇ ਕੋਲ ਗਿਆ ਹੋਵੇਗਾ ਉਸ ਹੋਟਲ ਵਾਲੇ ਨੇ ਪਤਾ ਨਹੀਂ ਕੀ ਜਵਾਬ ਦਿੱਤਾ ਹੋਵੇਗਾ ਵਿਚਾਰਾ ਕਿੰਨੇ ਰੋਣੇ ਰੋਂਦਾ ਸੀ ਆਪਣੇ ਘਰ ਦੇ ਇਸ ਤਰ੍ਹਾਂ ਕਈ ਖਿਆਲ ਮੇਰੇ ਦਿਮਾਗ 'ਚ ਬਣ-ਬਣ ਨਿਕਲੇ ਪਤਾ ਵੀ ਨਾ ਲੱਗਿਆ ਕਿ ਕੇਲ ਸਿਹੇੜੀ ਤੇ ਛੀਟਾਂ ਵਾਲਾ ਕਦੋਂ ਲੰਘੇ ਛੀਟਾਂ ਵਾਲਾ ਲੰਘ ਕੇ ਮੈਨੂੰ ਫੇਰ ਨੀਂਦ ਆ ਗਈ ਕਕਰਾਲਾ ਜਦਾ ਆ ਮੈਂ ਘੋਗ ਸੁੱਤਾ ਪਿਆ ਸੀ ਉਹ ਰਾਏ ਸਾਹਿਬ ਨੇ ਮੈਨੂੰ ਮੋਢੇ ਫੜ ਕੇ ਝੰਜੋੜ ਦਿੱਤਾ ਮੈਂ ਤਿੱਬਕ ਕੇ ਉੱਠਿਆ ਉਹਦੀਆਂ ਅੱਖਾਂ 'ਚ ਗੁੱਸਾ ਸੀ ਤੇ ਰੋਬ ਸੀ ਕੁਝ ਕੁਝ ਕੋਝ ਸੋਗ ਤੇ ਨਮੋਸ਼ੀ ਦਾ ਰੰਗ ਵੀ ਮੈਨੂੰ ਉਹਨੇ ਪੁੱਛਿਆ ਭਾਈ ਸਾ ਮੇਰਾ ਟੱਚੀ ਮੈਨੂੰ ਜਿਵੇਂ ਸਮਝ ਨਹੀਂ ਵੀ ਉਹ ਕੀ ਪੁੱਛਦਾ ਮੈਂ ਪੁੱਛਿਆ ਕੀ ਗੱਲ ਉਹ ਫੇਰ ਚੀਕਿਆ ਮੇਰਾ ਟੈਟੀ ਕਾਹ ਹੈ ਮੈਂ ਇੱਕਦਮ ਬੈਠਾ ਹੋ ਗਿਆ ਅਸੀਂ ਦੋਵਾਂ ਨੇ ਸਾਰਾ ਡੱਬਾ ਦੇਖਿਆ ਉੱਥੇ ਕੋਈ ਨਹੀਂ ਸੀ ਨਾ ਹੀ ਅਟੈਚੀ ਬਾਥਰੂਮ ਦੇਖਣ ਲੱਗੇ ਬਾਥਰੂਮ ਬੰਦ ਸੀ ਬਾਹਰੋਂ ੱਤਕਾ ਮਾਰ ਕੇ ਦੇਖਿਆ ਬਾਥਰੂਮ ਖੁੱਲਿਆ ਨਾ ਮੈਨੂੰ ਸ਼ੱਕ ਪਿਆ ਕਿ ਕੋਈ ਬੰਦਾ ਉਹਦੇ ਅੰਦਰ ਹੈ ਤੇ ਬਾਹਰੋਂ ਆਵਾਜ਼ਾਂ ਦਿੱਤੀ ਅੰਦਰੋਂ ਕੋਈ ਆਵਾਜ਼ ਪੈਦਾ ਨਾ ਹੋਈ ਗੱਡੀ ਅਜੇ ਖੜੀ ਸੀ ਛਿੱਕੂ ਆਪਣਾ ਆਪਣੀ ਸੀਟ ਤੇ ਛੱਡ ਕੇ ਮੈਂ ਭੱਜ ਕੇ ਗਾਰਡ ਕੋਲ ਗਿਆ ਸਾਰੀ ਗੱਲ ਉਹਨੂੰ ਦੱਸੀ ਗਾਰਡ ਮੇਰੇ ਨਾਲ ਹੀ ਸਾਡੇ ਡੱਬੇ ਵੱਲੋਂ ਤੁਰ ਪਿਆ ਸਾਡੇ ਆਉਂਦਿਆਂ ਨੂੰ ਰਾਏ ਸਾਹਿਬ ਬਾਥਰੂਮ ਦੇ ਮੂਹਰੇ ਬਾਥਰੂਮ ਦੇ ਦਰਵਾਜ਼ੇ ਨੂੰ ਆਪਣੀ ਪਿੱਠ ਲਾ ਕੇ ੱੱਕੇ ਖੜਾ ਸੀ ਗਾਰਡ ਨੇ ਬਾਥਰੂਮ ਦਾ ਦਰਵਾਜ਼ਾ ਠੋਕਰੇ ਅੰਦਰੋਂ ਕੋਈ ਨਾ ਬੋਲਿਆ ਗਾਰਡ ਦੇ ਪੁੱਛੇ ਤੋਂ ਬਿਨਾਂ ਇੱਕ ਪੱਥਰ ਚੁੱਕ ਕੇ ਮੈਂ ਬਾਥਰੂਮ ਦੇ ਬਾਹਰਲੇ ਸ਼ੀਸ਼ੇ ਤੇ ਜ਼ੋਰ ਨਾਲ ਦੇ ਮਾਰਿਆ ਸ਼ੀਸ਼ਾ ਕਿਚਰਾ ਹੋ ਗਿਆ ਟੁੱਟੇ ਸ਼ੀਸ਼ੇ ਦੇ ਮਗੋਰੇ ਚ ਮੂੰਹ ਪਾ ਕੇ ਗਾਰਡ ਨੇ ਦੇਖਿਆ ਅੰਦਰ ਕੋਈ ਆਦਮੀ ਬੈਠਾ ਸੀ ਅਟੈਚੂ ਉਹਨੇ ਖੁੱਟ ਕੇ ਆਪਣੇ ਹੱਥਾਂ ਚ ਫੜਿਆ ਹੋਇਆ ਸੀ ਗੱਡੀ ਉੱਥੇ ਹੀ ਰੁਕੀ ਰਹੀ ਗਾਰਡ ਨੇ ਛੱਟ ਰੇਲਵੇ ਪੁਲਿਸ ਨੂੰ ਬੁਲਾ ਲਿਆ ਸਿਪਾਹੀਆਂ ਨੇ ਸੋਟੀਆਂ ਦੀ ਹੁੱਜਾ ਮਾਰ ਕੇ ਉਸ ਬੰਦੇ ਨੂੰ ਕਿਹਾ ਭਲੇ ਪੱਤ ਨਾਲ ਬਾਹਰ ਆ ਜਾ ਉਹਨੇ ਅੰਦਰੋਂ ਚਿਟਕਣੀ ਖੋਲੀ ਤੇ ਅਟੈਚੀ ਸਣੇ ਬਾਹਰ ਆ ਗਿਆ ਉਹਦੇ ਚਿਹਰੇ ਤੇ ਬਿਲਕੁਲ ਕੋਈ ਘਬਰਾਹਟ ਨਹੀਂ ਸੀ ਉਹਦੇ ਚਿਹਰੇ ਨੂੰ ਦੇਖ ਕੇ ਤੇ ਉਹਦੇ ਕੱਪੜਿਆਂ ਨੂੰ ਦੇਖ ਕੇ ਮੇਰੀ ਅੱਖਾਂ ਟੱਡੀਆਂ ਰਹਿ ਗਈਆਂ ਗਲ ਤੇੜ ਉਹੀ ਮੈਲੇ ਲੱਠੇ ਦਾ ਚਿੱਟਾ ਨਿਖਰ ਚਿੱਟਾ ਨਿਖਰਵਾ ਕੁਰਤਾ ਪਜਾਮਾ ਤੇ ਸਿਰ ਤੇ ਉਹੀ ਖੱਟੀ ਤੈ ਕਰਕੇ ਬੰਨੀ ਪੱਗ ਧੰਨਵਾਦ